ਜ਼ਿਲ੍ਹਾ ਸੰਗਰੂਰ ਚ ਪਹੁੰਚ ਚੁੱਕਿਆ ਕੋਰੋਨਾ ਦਾ ਟੀਕਾ। ਜ਼ਿਲ੍ਹਾ ਸੰਗਰੂਰ ਦੇ ਧੂਰੀ ਤੇ ਮਲੇਰਕੋਟਲਾ ਚ ਵੀ ਸ਼ੁਰੂ ਹੋ ਗਿਆ ਟੀਕਾਕਰਨ। ਭਾਰਤ ਚ ਕੋਰੋਨਾ ਵੈਕਸੀਨ ਬਣਨ ਤੋਂ ਬਾਅਦ ਅਲੱਗ ਅਲੱਗ ਜ਼ਿਲ੍ਹਿਆਂ ਚ ਇਸ ਨੂੰ ਪਹੁੰਚਾਇਆ ਜਾ ਰਿਹਾ। ਜ਼ਿਲ੍ਹਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ 16 ਤਰੀਕ ਨੂੰ ਹੀ ਜ਼ਿਲ੍ਹਾ ਸੰਗਰੂਰ ਚ ਕੋਰੋਨਾ ਵਾਇਰਸ ਦਾ ਟੀਕਾ ਪਹੁੰਚ ਚੁੱਕਿਆ ਸੀ, ਜਿਸ ਤੋਂ ਬਾਅਦ ਹੁਣ ਸਿਹਤ ਵਿਭਾਗ ਦੇ ਮੁਖੀ ਅੰਜਨਾ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਟੀਕਾ ਜ਼ਿਲ੍ਹਾ ਸੰਗਰੂਰ ਦੇ ਸਬ ਡਿਵੀਜ਼ਨ ਧੂਰੀ ਅਤੇ ਮਲੇਰਕੋਟਲਾ ਵਿੱਚ ਵੀ ਪਹੁੰਚਾ ਦਿੱਤਾ ਗਿਆ। ਦੱਸ ਦਿੱਤਾ ਜਾਵੇ ਕਿ ਹਰ ਦਿਨ ਕਰੀਬ 100 ਲੋਕਾਂ ਨੂੰ ਇਹ ਟੀਕਾ ਲਗਾਇਆ ਜਾ ਰਿਹਾ। ਇਸ ਦੇ ਨਾਲ ਹੀ ਉਹਨਾਂ ਨੇ ਸਾਵਧਾਨੀਆਂ ਦੱਸਦੇ ਹੋਏ ਕਿਹਾ ਕਿ 18 ਸਾਲ ਤੋਂ ਘੱਟ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਟੀਕਾ ਨਹੀਂ ਲਗਾਇਆ ਜਾ ਰਿਹਾ। ਉੱਥੇ ਟੀਕਾ ਜਦ ਲਗਾਇਆ ਜਾ ਰਿਹਾ ਤੇ ਉਸ ਤੋਂ ਅੱਧਾ ਘੰਟਾ ਬਾਅਦ ਉਸ ਵਿਅਕਤੀ ਦੀ ਨਿਗਰਾਨੀ ਵੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਕੋਰੋਨਾ ਦੇ ਅਲੱਗ ਅਲੱਗ ਹੈਲਪਲਾਈਨ ਨੰਬਰ ਵੀ ਲਾਗੂ ਕੀਤੇ ਗਏ ਹਨ, ਜੇ ਕਿਸੇ ਵਿਅਕਤੀ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤੇ ਹਸਪਤਾਲ ਨਾਲ ਸੰਪਰਕ ਕਰ ਸਕਦਾ ਹੈ। 16 ਤਰੀਕ ਤੋਂ ਅਸੀਂ 3 ਥਾਂ 'ਤੇ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਕੀਤਾ ਹੈ। ਸੰਗਰੂਰ ਡਿਸਟ੍ਰਿਕਟ ਹਸਪਤਾਲ ਅਤੇ ਸਬ ਡਿਵੀਜ਼ਨਲ ਹਸਪਤਾਲ ਧੂਰੀ ਅਤੇ ਮਲੇਰਕੋਟਲਾ। ਉੱਥੇ ਰੋਜ਼ਾਨਾ 100-100 ਬੰਦਿਆਂ ਨੂੰ ਅਸੀਂ ਇਨਰੋਲ ਕਰ ਰਹੇ ਹਾਂ ਅਤੇ ਉਸ ਹਿਸਾਬ ਨਾਲ ਅਸੀਂ ਟੀਕਾਕਰਨ ਕਰਵਾ ਰਹੇ ਹਾਂ। ਡਾਕਟਰ ਸਾਹਿਬ ਜੇ ਗੱਲ ਕਰੀਏ, ਕਈ ਪੇਸ਼ੈਂਟ ਹੁੰਦੇ ਨੇ ਥਾਇਰਾਇਡ ਦੇ, ਸ਼ੂਗਰ ਦੇ, ਜਾਂ ਕੋਈ ਉਮਰ ਹੱਦ ਤੈਅ ਕੀਤੀ ਗਈ ਆ ਵੀ ਇਸ ਉਮਰ ਤੋਂ ਘੱਟ ਕਰੋਨਾ ਵੈਕਸੀਨ ਨਹੀਂ ਲੱਗ ਸਕਦੀ। 18 ਸਾਲ ਤੋਂ ਘੱਟ ਅਸੀਂ ਕਰੋਨਾ ਦੀ ਵੈਕਸੀਨੇਸ਼ਨ ਨਹੀਂ ਦੇ ਰਹੇ। ਅਤੇ ਜਦੋਂ ਕਰੋਨਾ ਵੈਕਸੀਨ ਲੱਗਦੀ ਹੈ, ਕਿੰਨੀ ਦੇਰ ਤੁਸੀਂ ਆਪਣੀ ਨਿਗਰਾਨੀ ਦੇ ਹੇਠ ਰੱਖਦੇ ਹੋ? ਅਸੀਂ ਉਹਨਾਂ ਨੂੰ ਅੱਧਾ ਘੰਟਾ ਆਪਣੀ ਨਿਗਰਾਨੀ ਦੇ ਹੇਠ ਰੱਖਦੇ ਹਾਂ। ਅਤੇ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ? ਹਾਂਜੀ ਹਾਂ, ਸਟੇਟ ਦੇ ਹੈਲਪਲਾਈਨ ਨੰਬਰ ਨੇ 104-1075। ਉਸ ਤੋਂ ਇਲਾਵਾ ਜਿਹੜੇ ਹਸਪਤਾਲ ਦੇ ਵਿੱਚ ਲੱਗ ਰਹੇ ਉੱਥੇ ਦਾ ਕੰਟਰੋਲ ਰੂਮ ਦਾ ਨੰਬਰ। ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ? ਇਹੀ ਅਪੀਲ ਕਰਨਾ ਚਾਹਾਂਗੇ ਕਿ ਮਹਾਂਮਾਰੀ ਦੇ ਨਾਲ, ਕੋਵਿਡ ਦੀ ਮਹਾਂਮਾਰੀ ਦੇ ਨਾਲ ਲੜਦੇ ਸਾਨੂੰ 9 ਮਹੀਨੇ ਤੋਂ ਜ਼ਿਆਦਾ 10 ਮਹੀਨੇ ਹੋ ਚੁੱਕੇ ਹਨ ਅਤੇ ਜਦੋਂ ਹੁਣ ਇਸ ਦੇ ਰੋਕਾ ਵਾਸਤੇ ਅਸੀਂ ਕੋਵਿਡ ਦੀ ਵੈਕਸੀਨ ਆ ਗਈ ਹੈ ਤਾਂ ਆਪਾਂ ਜਲਦ ਤੋਂ ਜਲਦ ਵੈਕਸੀਨ ਲਗਵਾ ਕੇ ਆਪਾਂ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਾਹਰ ਨਿਕਲ ਕੇ ਆਪਣੀ ਜੋ ਜ਼ਿੰਦਗੀ ਹੈ ਉਸਨੂੰ ਨੋਰਮਲ ਕਰੀਏ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।